ਬਾਈ ਜਨਵਰੀ ਤੋਂ ਬਾਅਦ ਹਰ ਰੋਜ਼ ਹੀ ਕਦੇ ਨਾ ਕਦੇ ਕਿਸੇ ਵੱਲੋਂ ਕੋਈ ਨਾ ਕੋਈ ਬਿਆਨਬਾਜ਼ੀ ਚਾਹਿਓ ਕਾਲਜ ਵੱਲੋਂ ਹੈ ਚਾਹਿਓ ਕਿਸੇ ਪ੍ਰਵਿੰਸ ਵੱਲੋਂ ਹੈ ਚਾਹਿਓ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਹੈ ਦੇਖਣ ਨੂੰ ਸੁਣਨ ਨੂੰ ਮਿਲ ਰਹੀ ਹੈ মিডিਆ ਹਾਊਸਸ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਦੋ ਮੇਜਰ ਫੇਅਰ ਵੱਡੇ ਅਪਡੇਟ ਤੁਹਾਡੇ ਨਾਲ ਸੰਜੇ ਕਰਾਂਗਾ ਦੋ ਮੇਜਰ ਵੱਡੇ ਅਪਡੇਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਸ਼ੈਨ ਰਾਹੀ ਆ ਰਿਐਸ ਗਲੋਬਲ ਇਮੀਗ੍ਰੇਸ਼ਨ ਦੇ ਸੀਯੂ ਟਿਊਬ ਚੈਨਲ ਦੇ ਮਾਧਿਅਮ ਰਾਹੀਂ ਕੈਨੇਡਾ ਦੇ ਤੁਹਾਡੇ ਨਾਲ ਨਵੇਂ-ਨਵੇਂ ਅਪਡੇਟਸ ਸਾਂਝੇ ਕਰਦੇ ਹਾਂ ਤੁਹਾਡੇ ਨਾਲ ਵੀਜ਼ਾ ਟ੍ਰੈਂਡਿੰਗ ਸਾਂਝੇ ਕਰਦੇ ਹਾਂ ਕੀ ਕੀ ਬਦਲਾਅ ਫਿਊਚਰ ਚ ਦੇਖਣ ਨੂੰ ਮਿਲ ਸਕਦੇ ਤਾਂ ਕਿ ਤੁਸੀਂ ਪਹਿਲਾਂ ਹੀ ਉਹਨਾਂ ਬਾਰੇ ਤਿਆਰੀ ਕਰਕੇ ਆਪਣੀ ਫਾਈਲ ਨੂੰ ਸਹੀ ਤਰੀਕੇ ਲਗਾਉਣ ਲਈ ਪਲੈਨਿੰਗ ਕਰ ਸਕੋ ਸੋ ਉਮੀਦ ਕਰਦਾ ਵੀਡੀਓ ਚੰਗੀ ਲੱਗੇਗੀ ਕਿਉਂਕਿ ਅਗਰ ਕੈਨੇਡਾ ਜਾਣਾ ਤਾਂ ਬੜੀ ਵੱਡੀ ਪੱਧਰ ਤੇ ਬਦਲਾਅ ਪਿਛਲੇ 3 ਹਫ਼ਤਿਆਂ ਤੋਂ ਦੇਖਣ ਨੂੰ ਮਿਲ ਰਹੇ ਬਾਈ ਜਨਵਰੀ ਤੋਂ ਬਾਅਦ ਹਰ ਰੋਜ਼ ਹੀ ਕਦੇ ਨਾ ਕਦੇ ਕਿਸੇ ਵੱਲੋਂ ਕੋਈ ਨਾ ਕੋਈ ਬਿਆਨਬਾਜ਼ੀ ਚਾਹੀਓ ਕਾਲਜ ਵੱਲੋਂ ਹੈ ਚਾਹੀਓ ਕਿਸੇ ਪ੍ਰਵਿੰਸ ਵੱਲੋਂ ਹੈ ਚਾਹੀਓ ਇਮੀਗ੍ਰੇਸ਼ਨ ਮਨਿਸਟਰ ਵੱਲੋਂ ਹੈ ਦੇਖਣ ਨੂੰ ਸੁਣਨ ਨੂੰ ਮਿਲ ਰਹੀ ਹੈ ਬੀਡੀ ਹਾਊਸਸ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਦੋ ਮੇਜਰ ਫੇਅਰ ਵੱਡੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਾਂਗਾ ਦੋ ਮੇਜਰ ਵੱਡੇ ਅਪਡੇਟ ਵੀਡੀਓ ਧਿਆਨ ਨਾਲ ਦੇਖਿਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਔਰ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਅਗਰ ਤੁਸੀਂ ਕੈਨ ਨਾ ਤੇ ਅਪਡੇਟ ਸਭ ਤੋਂ ਪਹਿਲਾਂ ਇਸ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਸੋ ਸਭ ਤੋਂ ਪਹਿਲਾ ਅਪਡੇਟ ਇਹਦੀ ਜੁੜੀ ਮੈਂ 10 ਤੋਂ 4 ਹਫ਼ਤੇ ਪਹਿਲਾਂ ਜਦੋਂ 22 ਜਨਵਰੀ ਨੂੰ ਅਨਾਉਂਸਮੈਂਟ ਹੋਈ ਤਾਂ ਮੈਂ ਨੈਕਸਟ ਡੇ ਵੀਡੀਓ ਪਾਈ ਸੀ ਕਿ ਜਿਵੇਂ ਕਯੂਬਿਕ ਦੇ ਵਿੱਚ ਸੀਏਕਯੂ ਲੈਟਰ ਆਉਂਦਾ ਉਸੇ ਤਰਜ਼ ਉੱਤੇ ਹੀ ਜਿਹੜੀ ਪ੍ਰੋਵੀਸ਼ਨਲ ਜਿਹੜੀ ਲੈਟਰ ਆਇਆ ਕਰੇਗੀ ਸੋ ਹੋ ਸਕਦਾ ਕਿ ਜਿਹੜੇ ਕਯੂਬਿਕ ਜਾਂ ਮੌਨਟਰੀਅਲ 'ਚ ਬੱਚੇ ਪੜਨ ਜਾਂਦੇ ਨੇ ਸੀਏਕਯੂ ਲੈਂਦੇ ਨੇ ਉਹਨਾਂ ਨੂੰ ਪ੍ਰੋਵਿੰਸ ਦੀ ਅਟੈਸਟੇਸ਼ਨ ਲੈਟਰ ਦੀ ਲੋੜ ਨਾ ਪਵੇ ਸੀਏਕਯੂ ਨੂੰ ਹੀ ਅਟੈਸਟੇਸ਼ਨ ਲੈਟਰ ਪ੍ਰਵਿੰਸਤੀ ਸਮਝ ਲਿਆ ਜਾਵੇ ਸੋ ਉਤੇ ਥੱਪਾ ਲੱਗ ਗਿਆ ਜੀ ਪਿਛਲੇ 3 ਦਿਨ ਪਹਿਲਾਂ ਮੈਂ ਆਊਟ ਆਫ ਸਿਟੀ ਸੀ ਸੋ ਸਾਡਾ ਪਹਿਲਾ CEQ ਅਪਰੂਵ ਹੋ ਕੇ ਆ ਗਿਆ ਸੋ ਜਿਹੜਾ ਪਹਿਲਾ CEQ ਸਾਨੂੰ ਰੀਸੀਵ ਹੋਇਆ ਜੀ ਤਕਰੀਬਨ 1.5 2 2 ਮਿੰਟ ਦਾ ਸਮਾਂ ਲੱਗ ਗਿਆ ਉਹ ਚ ਕਲੀਅਰਲੀ ਲਾਈਨ ਮੈਂਸ਼ਨ ਕਰ ਦਿੱਤੀ ਗਈ ਕੀ ਲਿਖ ਕੇ ਦਿੱਤਾ ਧਿਆਨ ਨਾਲ ਸੁਣਿਓ this attestation letter confirms that the application applicant has a place in cubix share of the distribution of study permit application or is exempt from it so ਇਸ CEQ ਲੈਟਰ ਨੂੰ attestation letter ਦੀ ਲੋੜ ਨਹੀਂ ਸੋ CEQ is equal to ਪਰਵਿੰਸ਼ਲ ਜਿਹੜਾ ਅਟੈਸਟੇਸ਼ਨ ਲੈਟਰ ਸੋ ਖੁਸ਼ਖਬਰੀ ਤੇ ਇਹ ਆ ਦੋਸਤੋ ਜਿਹੜੇ ਸਟੂਡੈਂਟਸ ਮੌਂਟਰੀਅਲ ਵਿੱਚ ਜਾਂ ਕਿਊਬਿਕ ਵਿੱਚ ਪੜ੍ਹਨਾ ਚਾਹੁੰਦੇ ਨੇ ਉਹਨਾਂ ਲਈ ਤਾਂ ਕੋਈ ਐਸ ਟਾਈਮ ਅਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਉਹ ਤਾਂ ਆਪਦਾ ਐਸ ਯੂਜਵਲ ਪਹਿਲਾਂ ਵਾਲਾ ਸੀਏਕਯੂ 120 ਡਾਲਰ ਨਾਲ ਅਪਲਾਈ ਕਰਕੇ ਡੇਢ ਦੋ ਮਹੀਨੇ ਚ ਸੀਏਕਯੂ ਆਜਨਾਂ ਤੁਸੀਂ ਆਪਣੀ ਫਾਈਲ ਲਾਂਚ ਕਰ ਸਕਦੇ ਹੋ ਫੜ ਕੇ ਕਰਾ ਹੋਰ ਦੱਸਾਂ 22 ਜਨਵਰੀ ਤੋਂ ਲੈ ਕੇ ਅੱਜ ਫਰਵਰੀ ਦੇ ਅਸੀਂ ਦੂਜੇ ਤੀਜੇ ਹਫ਼ਤੇ ਚ ਬੈਠੇ ਆ ਅੱਜ 19 ਤਰੀਕ 20 ਤਰੀਕ ਹੋ ਗਈ ਅੱਜ ਸੋ ਜਿੱਦਾਂ ਕਹਿੰਦੇ ਨੇ ਪੰਜਾਬੀ ਚ ਘਾਵ ਤੱਕ ਸੱਪ ਸੁੰਗ ਗਿਆ ਪੂਰੀ ਇਮੀਗ੍ਰੇਸ਼ਨ ਇੰਡਸਟਰੀ ਚ ਉਹ ਸੱਚ ਵੀ ਹੈ ਕਿਉਂਕਿ 22 ਜਨਵਰੀ ਤੋਂ ਲੈ ਕੇ ਅੱਜ 19 ਫਰਵਰੀ ਹੋ ਗਈ ਹੈ ਲਗਭਗ ਪਿਛਲੇ ਇਸ 20-25 ਦਿਨ ਦੇ ਵਿੱਚ ਵਿੱਚ ਕੋਈ ਫਾਈਲ ਨਵੀਂ ਲਾਜ ਹੀ ਨਹੀਂ ਹੋਈ ਕਿਉਂ ਲਾਜ ਨਹੀਂ ਹੋਈ ਕਿਉਂਕਿ 22 ਜਨਵਰੀ ਨੂੰ ਕਹਿ ਦਿੱਤਾ ਗਿਆ ਨਵੇਂ ਰੂਲ ਦੇ ਮਤਾਬਕ ਫਰਮ ਟੂਡੇ ਔਨਵਰਡਸ ਯਾਨੀ ਕਿ ਫਰਮ 22 ਜਨਵਰੀ ਤੋਂ ਅਟੈਸਟੇਸ਼ਨ ਲੈਟਰ ਚਾਹੀਦੀ ਹੈ ਫਰਮ ਦਾ ਕਨਸਰਨਡ ਪ੍ਰੋਵਿੰਸ ਜਿੱਦੇ ਤੋਂ ਤੁਸੀਂ ਜਿੱਥੇ ਪੜਨ ਚੱਲੇ ਹੋ ਤੇ ਪ੍ਰਵਿਸ਼ ਉਸ ਪ੍ਰਵਿਸ਼ ਦੇ ਕੋਲ ਟੈਸਟ ਚ ਲੈਟਰ ਦਾ ਕੋਈ ਹਲੇ ਕੋਈ ਲੈਟਰ ਦਾ ਕੋਈ ਫਾਰਮੈਟ ਹੀ ਹੱਣ ਨਹੀਂ ਗਾਲੇ ਇਸ਼ੂ ਕੀਤੀ ਨਹੀਂ ਕਿਸੇ ਨੇ ਸੋ ਕੱਲਾ ਮੌਂਟਰੀਅਲ ਹੀ ਹੈ ਕਿਉਂਬੇ ਕੀ ਹੈ ਜਿੰਨੇ ਸੀਕੂ ਚ ਚੀਜ਼ ਮੈਂਸ਼ਨ ਕਰਕੇ ਦਿੱਤੀ ਹੈ ਸੋ ਜਿਹੜੇ ਸਟੂਡੈਂਟਸ ਅੰਡਰ ਗ੍ਰੈਜੂਏਟਸ ਨੇ ਉਹਨਾਂ ਲਈ ਮੌਂਟਰੀਅਲ ਦੇ ਵਿੱਚ ਇਸਮ ਸਪਟੰਬਰ ਇਨਟੇਕ ਹੈ ਪਬਲਿਕ ਕਾਲਜਸ ਦੇ ਵਿੱਚ ਜਿੱਥੇ ਤੁਸੀਂ ਪੜ੍ਹ ਸਕਦੇ ਹੋ ਔਰ ਐਡਮਿਸ਼ਨ ਲੈ ਕੇ ਵੀਜ਼ਾ ਵੀ ਲੈ ਸਕਦੇ ਹੋ ਪੜਾਈ ਤੋਂ ਬਾਅਦ ਵਰਕ ਪਰਮਿਟ ਵੀ ਹੈ ਔਰ ਪੀਆਰ ਵੀ ਲਈ ਜਾ ਸਕਦੀ ਹੈ ਬਟ ਜਿਹੜੇ BC ਦੇ ਵਿੱਚ ਜਾਨਕੀ ਵੈਨਕੂਵਰ ਸਾਰੀ ਬ੍ਰੈਮਟਨ ਮਿਸਿਸਾਗਾ ਟੋਰਾਂਟੋ ਜਾਂ ਅਲਬਰਟਾ ਐਡਮਿੰਟਨ ਕੈਲਗਰੀ ਕਿਸੇ ਵੀ ਸ਼ਹਿਰਾਂ ਚ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਮਾਸਟਰਸ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਕੁਝ ਗੱਲਾਂ ਰਹਿ ਗਈਆਂ ਇਹਦੇ ਚ ਦੱਸ ਦੇਣਾ ਜਿਹੜੇ ਸਟੂਡੈਂਟ ਮਾਸਟਰ ਲਈ ਅਪਲਾਈ ਕਰਨ ਚੱਲੇ ਆ ਉਹਨਾਂ ਨੂੰ ਨਾਂ ਤਾਂ ਕੈਪਿੰਗ ਚ ਰੱਖਿਆ ਗਿਆ ਨਾ ਹੀ ਉਹਨਾਂ ਦੇ ਉੱਤੇ ਸਪਾਊਸ ਦੇ ਉੱਤੇ ਕੋਰਕ ਲਗਾਈ ਗਈ ਤੇ ਨਾ ਹੀ ਉਹਨਾਂ ਨੂੰ ਕੋਈ ਪ੍ਰੋਵਿੰਸ਼ਲ ਅਟੈਸਟੇਸ਼ਨ ਲੈਟਰ ਦੀ ਲੋੜ ਹੈ ਸੋ ਨਾ ਤਾਂ ਮਾਸਟਰ ਵਾਲੇ ਨੂੰ ਕੈਪਿੰਗ ਵਿੱਚ ਰੱਖਿਆ ਗਿਆ ਨਾ ਸਪਾਊਸ ਦੀ ਦਿੱਕਤ ਹੈ ਉਹ ਵੀ ਸਪਾਊਸ ਵੀ ਨਾਲ ਜਾ ਸਕਦਾ ਤੇ ਨਾ ਹੀ ਅਟੈਸਟੇਸ਼ਨ ਲੈਟਰ ਚਾਹੀਦੀ ਪ੍ਰੋਵਿੰਸ ਤੋਂ ਸੋ ਜਿਹੜੇ ਮਾਸਟਰ ਲਈ ਅਪਲਾਈ ਕਰਨਾ ਚਾਹੁੰਦੇ ਉਹਨਾਂ ਲਈ ਤੇ ਦਰਵਾਜ਼ੇ ਖੁੱਲੇ ਸੀ ਤੇ ਖੁੱਲੇ ਆ ਪ੍ਰੋਬਲਮ ਸਿਰਫ ਅੰਡਰ ਗ੍ਰੈਜੂਏਟ ਸਟੂਡੈਂਟਸ ਨੂੰ ਪਈ ਹੈ ਸਪਾਊਸ ਲਈ ਜਾ ਪਾਏਗਾ ਬੱਟ ਹਾਲੇ ਡੇਟ ਅਨਾਉਂਸ ਨਹੀਂ ਹੋਈ ਸੋ ਇਸ ਵੀਡੀਓ ਨਾਲ ਇਹ ਵੀ ਅਪਡੇਟ ਦਿੰਦਾ ਜਿੱਥੇ ਮੈਂ ਦੋ ਅਪਡੇਟ ਦਿੱਤੀਆਂ ਪਹਿਲੀ ਸੀਏ ਤੁਸੀਂ ਹੁਣ ਜਿਹੜੇ ਅਨਾਉਂਸ ਜਿਹੜੀ ਵੱਡੀ ਹੋਣ ਲੱਗੀ ਵੱਡੀ ਇਨਫੋਰਮੇਸ਼ਨ ਕੀ ਹੈ ਸਭ ਤੋਂ ਵੱਡੀ ਇਨਫੋਰਮੇਸ਼ਨ ਦੂਜੀ ਇਹ ਹੈ ਕਿ ਬਹੁਤ ਜਲਦੀ ਮੌਲਾਦਾ ਸ਼ਾਹਦ ਮਾਰਚ ਤੱਕ 31 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇੱਕ ਤਾਂ ਡੇਟ ਅਨਾਉਂਸ ਹੋ ਜਾਣੀ ਹੈ ਸਪਾਊਸ ਦੀ ਦੂਜਾ ਇੱਕ ਨਵਾਂ ਫਾਰਮੈਟ ਲਿਆਂਦਾ ਜਾਣਾ ਜਿੰਨੂੰ ਆਪਾਂ ਟਰਸਟਡ ਇੰਸਟੀਚੂਟਸ ਦੀ ਲਿਸਟ ਵਿੱਚ ਰੱਖਾਂਗੇ ਫੋਰ ਐਗਜ਼ਾਮਪਲ ਇੱਕ ਥੋੜਾ ਐਗਜ਼ਾਮਪਲ ਦੇ ਕੇ ਸਮਝੋਣਾ ਜੇ ਪੁਰਾਣੇ ਕਿਸੇ ਬੱਚੇ ਨੂੰ ਪਤਾ ਹੋਵੇ 2009 ਦੇ ਵਿੱਚ ਐਸਪੀਪੀ ਪ੍ਰੋਗਰਾਮ ਸੀ ਬਾਅਦ ਵਿੱਚ ਐਸਡੀਐਸ ਕੀਤਾ ਗਿਆ SPP ਦੀ ਫੁੱਲ ਫਾਰਮ ਸੀ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ਜਿਹਦੇ ਚ 47 ਕਾਲਜ ਸੀ ਜਿੰਨਾ ਚ ਅਗਰ ਤੁਸੀਂ ਪੜਦੇ ਹੋ ਤਾਂ ਤੁਹਾਡੀ ਚੈਕਲਿਸਟ ਦੇ ਮੁਤਾਬਕ ਡਾਕੂਮੈਂਟ ਵੀ ਘਟ ਜਾਂਦੇ ਤੇ ਵੀਜ਼ਾ ਸਕਸੈਸ ਵੀ ਜ਼ਿਆਦਾ ਸੀ ਸੇਮ ਉਸੇ SPP ਦੀ ਤਰਜ਼ ਉੱਤੇ ਹੀ ਹੁਣ 2024 ਦੇ ਵਿੱਚ ਟਰਸਟਡ ਇੰਸਟੀਚੂਟਸ ਦੀ ਲਿਸਟ ਆਏਗੀ ਜਿਹਦੇ ਚ ਯੂਨੀਵਰਸਿਟੀਆਂ ਕਾਲਜਸ ਦੇ ਨਾਮ ਹੋਣਗੇ ਜਿਨ੍ਹਾਂ ਵਿੱਚ ਡਾਕੂਮੈਂਟੇਸ਼ਨ ਘੱਟ ਹੋਏਗੀ ਵੀਜ਼ਾ ਸਕਸੈਸ ਜ਼ਿਆਦਾ ਹੋਏਗਾ ਹੁਣ ਉਹਨਾਂ ਕਾਲਜ ਨੂੰ ਕੀ ਕੀ ਸ਼ਰਤਾਂ ਪੂਰੀਆਂ ਕਰਕੇ ਆਪਦਾ ਨਾਮ ਟਰਸਟ ਇੰਸਟੀਚਿਊਟਸ 'ਚ ਲੈ ਕੇ ਹੋਣਾ ਪਏਗਾ ਨੰਬਰ 1 ਤਾਂ ਪਹਿਲੇ ਗੱਲ ਕਿ ਉਹਨਾਂ ਜਿਹੜੇ ਸਟੂਡੈਂਟਸ ਨੇ ਰਿਟੈਂਸ਼ਨ ਰੇਟ ਦੇਖਿਆ ਜਾਏਗਾ ਜਿਹੜੇ ਬੱਚੇ 2 ਸਾਲ ਦਾ ਡਿਪਲੋਮਾ ਗਏ ਉਹ ਕਿਹ ਕਰਨ 1 ਸਾਲ ਬਾਅਦ ਛੱਡਿਆ ਕਿ 6 ਮਹੀਨੇ ਬਾਅਦ ਛੱਡਿਆ ਜਿਹਦਾ ਸਟੂਡੈਂਟ ਦਾ ਛੱਡਣ ਦਾ ਰੇਟ ਜ਼ਿਆਦਾ ਹੋਏਗਾ ਰਿਟੈਂਸ਼ਨ ਰੇਟ ਘੱਟ ਹੋਏਗਾ ਉਹਨਾਂ ਨੂੰ ਉਸ ਲਿਸਟ 'ਚ ਨਹੀਂ ਰੱਖਿਆ ਜਾਏਗਾ ਫਿਰ ਅਕਮੋਡੇਸ਼ਨ ਤਾਂ ਕਿ ਹਾਊਸਿੰਗ ਕਰਾਇਸੀ ਨੂੰ ਖਤਮ ਕੀਤਾ ਜਾ ਸਕੇ ਕਿਹੜੇ ਕਿਹੜੇ ਕਾਲਜ ਹਾਊਸਿੰਗ ਅਕਮੋਡੇਸ਼ਨ ਨਾਲ ਪ੍ਰੋਵਾਈਡ ਕਰ ਰਹੇ ਆ ਫਿਰ ਬਹੁਤ ਸਾਰੀਆਂ ਹੋ ਜੀਆਂ ਫਾਰਮੈਲਿਟੀਜ਼ ਦੇ ਨਾਲ ਇੱਕ ਲਿਸਟ ਜਾਰੀ ਕੀਤੀ ਜਾਏਗੀ ਜਿਹਰੇ ਚ 20 30 40 50 ਕਾਲਜ ਆ ਸਕਦੇ ਨੇ ਯੂਨੀਵਰਸਿਟੀਆਂ ਆ ਸਕਦੀਆਂ ਨੇ ਉਹਦਾ ਵੀਜ਼ਾ ਸਕਸੈਸ ਵਧੇਗਾ ਸੋ ਉਹ ਲਿਸਟ ਨੂੰ ਜਾਰੀ ਕਰਨ ਦੇ ਲਈ ਇਹ 22 ਜਨਵਰੀ ਨੂੰ ਜਿਹੜੇ ਬਦਲਾਵ ਚੇਂजेस ਕੀਤੇ ਗਏ ਸੋ ਆ ਦੋ ਮੇਜਰ ਅਪਡੇਟਸ ਸੀ ਜਿਹੜੀਆਂ ਕੈਨੇਡਾ ਸਬੰਧਤ ਸਗੀਆਂ ਜੋ ਤੁਹਾਨੂੰ ਦੱਸਣੀਆਂ ਜ਼ਰੂਰੀ ਹੈ ਸੋ ਸਪਾਊਸ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਹੋ ਦੋਸਤੋ ਕੋਈ ਡੇਟ ਅਨਾਉਂਸ ਨਹੀਂ ਮਾਰਚ 31 ਤੋਂ ਪਹਿਲਾਂ ਪਹਿਲਾਂ ਅਨਾਉਂਸ ਹੋ ਜਣੀ ਆਪਣੀ ਫਾਈਲ ਅੱਜ ਹੀ ਲਾਂਚ ਕਰ ਲਓ ਮੇਨ ਐਪਲੀਕੈਂਟ ਉੱਥੇ ਪੜ ਰਿਆ ਹਾਲੇ ਤੁਸੀਂ ਸਪਾਊਸ ਨਾਲ ਅਪਲਾਈ ਕਰ ਸਕਦੇ ਹੋ ਤੁਸੀਂ ਗ੍ਰੈਜੂਏਸ਼ਨ ਕਰਕੇ ਮਾਸਟਰ ਨਾ ਜਾਣਾ ਤਾਂ ਆਪਣੇ ਸਪਾਊਸ ਨਾਲ ਅਪਲਾਈ ਕਰ ਸਕਦੇ ਹੋ ਕਯੂਬਿਕ ਚ ਪੜਨ ਜਾਣਾ ਆਪਣੇ ਸਪਾਊਸ ਨਾਲ ਅਪਲਾਈ ਕਰ ਸਕਦੇ ਹੋ ਸੋ ਹਾਲੇ ਸਪਾਊਸ ਦੀ ਕੋਈ ਡੇਟ ਅਨਾਉਂਸ ਨਹੀਂ ਹੋਈ ਆਪਦੀ ਸਪਾਊਸ ਦੀ ਅਪਲੀਕੇਸ਼ਨ ਨਾਲੇ ਦਰਜ ਕੀਤੀ ਜਾ ਸਕਦੀ ਹੈ ਸੋ ਇਹਨਾਂ ਗੱਲਾਂ ਨੂੰ ਖਿਆਲ ਚ ਰੱਖਦੇ ਹੋਏ ਮੈਂ ਅੱਜ ਤੁਹਾਰ ਤੋਂ ਫਿਰ ਆ ਗਿਆ ਲੈਣਾ ਅਗਲੇ ਹਫਤੇ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਜਿੱਥੇ ਕੈਨੇਡਾ ਸੰਬੰਧਿਤ ਕੁਝ ਹੋਰ ਡਿਟੇਲ ਜਾਣ ਕੇ ਤੁਹਾਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਆਪਦੇ ਸੁਝਾਅ ਵਜੂਦ ਸਾਨੂੰ ਦੇ ਦਿਓ ਔਰ ਸਾਡਾ ਚੈਨਲ ਤਾਂ ਸਬਸਕ੍ਰਾਈਬ ਨਵੇਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਜੁੰਦੇ ਵਾਸਤੇ ਰੱਬ ਰਾਖਾ ਸਤਿ ਸ਼੍ਰੀ ਅਕਾਲ